ਖਤਰਨਾਕ ਸੁਰਤੇ ਹਾਲਾਂ ਦੇ ਸੀ ਇਸਤੇਮਾਲ ਕਰਦੇ ਸ਼ਾਦੋ ਨਾਲ ਜਿਹਨੂੰ ਕਹ ਲਓ ਸਹੀ ਉਹਨਾਂ ਬਾਰਾਂ ਦੇ ਵਿੱਚ ਵੀ ਜਿਹੜੇ ਨਾ ਸੱਤ ਆ ਸਾਡੀ ਰੂਟੀਨ ਚ ਆਉਂਦੇ ਰਹਿੰਦੇ ਆ ਕਾਫੀ ਜ਼ਿਆਦਾ ਸਵਾਦ ਨੇ ਹਾਂ ਉਹਨਾਂ ਸੱਤਾਂ ਦੇ ਵਿੱਚ ਵਿਟਾਮਿਨ ਵੀ ਹੈਗੇ ਐਂਟੀਬਾਇਓਟਿਕ ਵੀ ਹੈਗੇ ਆ ਠੀਕ ਹੋ ਗਿਆ ਇਸ ਤੋਂ ਇਲਾਵਾ ਜਿਹੜੇ ਉੱਤਲੇ ਪੰਜ ਆ ਉਹ ਵੀ ਸਾਲ ਦੀ ਕਦੀ ਇੱਕ ਵਾਰੀ ਕਿਤੇ ਜਾਣ ਨੂੰ ਇਸਤੇਮਾਲ ਕਰਨੇ ਪੈਣੇ ਜੇ ਸਰ ਜੀ ਅਸੀਂ ਬਿਲਕੁਲ ਨਿਊ ਹੈਗੇ ਆ ਅਸੀਂ ਫਰਜ਼ ਕਰੋ ਜਾਂ ਜੌਬ ਕਰਨੇ ਆ ਕਿਤੇ ਜਾਂ ਆਪਣਾ ਕੰਮ ਕਰਨੇ ਆ ਇੱਥੇ ਤੇ ਫਾਰਮ ਤੇ ਵੈਕਸੀਨ ਸਵਾਲ ਕਰ ਲਓ ਉਹਨਾਂ ਨੂੰ ਕੈਮਰਾ ਕਰ ਲਿਆ ਇੱਥੇ ਵੈਕਸੀਨੇਸ਼ਨ ਨਹੀਂ ਹੋ ਰਹੀ ਜੀ ਅਸੀਂ ਲੋਕ ਇੱਥੇ ਵੈਕਸੀਨੇਸ਼ਨ ਨਹੀਂ ਕਰਦੇ ਲੇਕਿਨ ਕਿਉਂਕਿ ਤੁਸੀਂ ਤਾਂ ਕੰਟਰੋਲ ਕਰ ਸਕਦੇ ਹੋ ਇਸ ਚੀਜ਼ ਨੂੰ ਅਸੀਂ ਬਿਲਕੁਲ ਨਵੇਂ ਹੋਵਾਂਗੇ ਆਇਆ ਸਾਨੂੰ ਵੈਕਸੀਨੇਸ਼ਨ ਕਰਨੀ ਚਾਹੀਦੀ ਹੈ ਜਦੋਂ ਬੱਚੇ ਨਵੇਂ ਪੈਦਾ ਹੋਣੀਆਂ ਕੀ ਉਹਦਾ ਟ੍ਰੀਟਮੈਂਟ ਹੋ ਸਕਦੀ ਹੈ ਤੁਸੀਂ ਕੀ ਸੁਜੈਸਟ ਕਰਦੇ ਹੋ ਸਾਨੂੰ ਇਹਦੇ ਵਿੱਚ ਇਹ ਹੈ ਕਿ ਇਹ ਸਵਾਲ ਤੁਸੀਂ ਡਾਕਟਰ ਕਿੰਨੇ ਕਰ ਸਕਦੇ ਆ ਫਿਰ ਤੁਸੀਂ ਆਪਣਾ ਤਜਰਬੇ ਜੋ ਹਾਸਲ ਕਰ ਸਕਦੇ ਆ ਜੇ ਤੁਸੀਂ ਮੇਰੇ ਕੋਲ ਪੁੱਛੋ ਮੈਂ ਆਪਣਾ ਤਜਰਬਾ ਦੱਸਾਂ ਮੈਂ ਕਹਿੰਦਾ ਵੈਕਸੀਨੇਸ਼ਨ ਨਹੀਂ ਇਸਤੇਮਾਲ ਕਰਨੀ ਚਾਹੀਦੀ ਸਾਡੇ ਵਾਸਤੇ ਖੁਰਾਕ ਹੀ ਸਭ ਕੁਛ ਆ ਬਿਲਕੁਲ ਸਹੀ ਮੈਂ ਅੱਗੇ ਵੀ ਇਹ ਮਿਸਾਲ ਦਿੱਤੀ ਹੈ ਕਿ ਇੱਕ ਬਜ਼ੁਰਗ ਬੰਦਾ ਦੇ ਗੋਡੇ ਦਰਦ ਹੋ ਰਹੀ ਹੈ ਤਾਂ ਉਹ ਦਰਦ ਦੀ ਗੋਲੀ ਖਾਂਦਾ ਵਾ ਕਿਆ ਗੋਲੀ ਦਰਦ ਹਟਾ ਦਿੰਦੀ ਹੈ ਨਹੀਂ ਗੋਲੀ ਸਿਰਫ ਜਿਹੜਾ ਦਿਮਾਗ ਨੂੰ ਸਹਿਣ ਆ ਰਿਹਾ ਉਹਨੂੰ ਸੁਣ ਕਰ ਦਿੰਦੀ ਹੈ ਜਦੋਂ ਦੁਬਾਰਾ ਸੁਣ ਖਤਮ ਹੁੰਦੀ ਦਰਦ ਫਿਰ ਉਹਦੇ ਜ਼ਿਆਦਾ ਸ਼ੁਰੂ ਹੋ ਜਾਂਦੀ ਹੈ ਅਤੇ ਉਹ ਖੁਰਾਕ ਇੱਕ ਐਸੀ ਸ਼ੈ ਵਾ ਅਗਰ ਜੇ ਬਜ਼ੁਰਗ ਨੂੰ ਉਹਦੀ ਖੁਰਾਕ ਜਿਹੜੀ ਉਹਦੀ ਕਮੀ ਉਹ ਪੂਰੀ ਕਰ ਦਿਉ ਉਹ ਦਰਦ ਖਤਮ ਹੋ ਜਾਏਗੀ ਹਾਂਜੀ ਜਨਾਬ ਜੀ ਆਪਣਾ ਸਵਾਲ कोई सवाल है आपके पास तो कोई सवाल है तो सवाल करने सवाल कर सकते अगर इसके बारे में पूछना है कोई किसी किस्म का तो कुछ टेम्परेचर लो और टेम्परेचर हाई का बड़ा अच्छा सवाल किया साहब ने ये इस तरह वा कि टेम्परेचर तुम जो हाई के इस्तेमाल कर सकते हैं अगर तुम्हारे जानवर का टेम्परेचर लो आ रहा ना तो लो भी पता कि 100 पॉइंट तो 99 पॉइंट तो थले जा रहा फिर तुम्हें डेक्सामेथासोन देना ਹਾਂ ਉਹ ਉਸ ਟਾਈਮ ਅਸੀਂ ਜਿਸ ਟਾਈਮ ਡੈਕਸਾਮੈਥਾਸੋਨ ਦਾ ਜ਼ਿਕਰ ਕਰਾਂਗੇ ਫਿਰ ਉਸ ਟਾਈਮ ਦੱਸਾਂਗੇ ਕਿਤੇ ਕਿਤੇ ਅਸੀਂ ਇਸਤੇਮਾਲ ਕਰ ਸਕਦੇ ਹਾਂ ਲੋਜ ਇਹ ਕਿੰਨੇ ਪੁਆਇੰਟ ਦੇਣਾ ਵੱਡੇ ਜਾਨਵਰ ਇਹ ਵੱਡੇ ਪੁਆਇੰਟ ਉਹੀ ਰੱਖਣੇ ਜੋ ਇਹਦੇ ਉੱਤੇ ਬਾਡੀ ਵੇਟ ਲਿਖਿਆ ਉਸ ਹਿਸਾਬ ਨਾਲ ਸੀ ਜਾਣਾ ਹਾਈ ਮੈਂ ਤੋਂ ਫਿਰ ਲਗਾ ਸਕਦੇ ਹਾਂ ਹਾਈ ਮੈਂ ਵੀ ਉਹੀ ਲਗਾਉਣਾ ਹੈ ਠੀਕ ਹੈ ਟੈਂਪਰੇਚਰ ਜੋ ਲੋ ਆ ਨਾ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਆਪਕੇ ਜਾਨਵਰ ਕੇ ਜੋ ਫਿਫੜੇ ਹੈ ਨਾ ਜੇ ਮੁਕੰਮਲ ਤੌਰ 'ਤੇ ਬੰਦ ਹੋ ਗਏ ਆ ਉਹ ਖੂਨ ਕੋ ਬਲੱਡ ਕੋ ਪੰਪ ਨਹੀਂ ਕਰਦੇ ਜੇ ਜਾਨਵਰ ਆਪਕਾ ਕਮਜ਼ੋਰ ਬਹੁਤ ਉਸਦੇ ਅੰਦਰ ਬਲੱਡ ਜੋ ਡੈਕਸਾਮੈਥਾਸੋਨ ਹੋਗਾ ਜੀ ਬਲੱਡ ਕੱਪ ਕਰਦੇ ਮੈਂ ਮਤਲਬ ਡੋਜ਼ ਵਗੈਰਾ ਔਰ ਕਿੱਥੇ ਕਿਤੇ ਇਸਤੇਮਾਲ ਕਰਨਾ ਸੀ ਉਹ ਜਿਹੜੇ ਦੋ ਤਿੰਨ ਸਵਾਲ ਸੀ ਨਾ ਪਹਿਲੇ ਉਹ ਮੈਂ ਤੁਹਾਨੂੰ ਦੱਸ ਦੂੰਗਾ ਉਹ ਠੀਕ ਹੈ ਜੀ ਮੁੰਨਾ ਬਾਈ ਨਜ਼ਲਾ ਜ਼ੁਕਾਮ ਬੁਖਾਰ ਤਿੰਨ ਚੀਜ਼ਾਂ ਸਾਧਾਰਨ ਦੱਸੀ ਹੁਣ ਦੂਸਰੀ ਚੀਜ਼ ਸਾਧਾਰਨ ਦੱਸੀਏ ਲੋਕ ਤੀਸਰੀ ਚੀਜ਼ ਤਾਂ ਜੀ ਬੱਕਰੇ ਬੱਚੇ ਆ ਜਾਂ ਬੱਕਰੀਆਂ ਬੁਖਾਰ ਵੀ ਨਾਲ ਮੋਸ਼ਨ ਵੀ ਫਿਰ ਇਸ ਨੇ ਇਸਤੇਮਾਲ ਇਸ ਕੀ ਜਾਣੀ ਹੋਣੀ ਫਿਰ ਇਹਦੇ ਇਸਤੇਮਾਲ ਦੇ ਜਿਹਨੇ ਸਾਨੂੰ ਜਾਨਵਰ ਨੂੰ ਟੈਂਪਰੇਚਰ ਵੀ ਹੋਊਗਾ ਨਾਲ ਮੋਸ਼ਨ ਵੀ ਹੈ ਨਾ ਫਿਰ ਅਸੀਂ ਮੋਸ਼ਨ ਵਾਸਤੇ ਅਲੱਗ ਦਵਾ ਦੇਵਾਂਗੇ ਟੈਂਪਰੇਚਰ ਵਾਸਤੇ ਇਹਨੂੰ ਇਸਤੇਮਾਲ ਕਰਾਂਗੇ ਠੀਕ ਹੈ ਉਹ ਵੀ ਪਤਾ ਕਿ ਮੋਸ਼ਨ ਦੀ ਕੰਡੀਸ਼ਨ ਦੇ ਕਿ ਇਹਨੂੰ ਅਸੀਂ ਕੋਈ ਮੈਡੀਸਨ ਦੇਣੀ ਹੈ ਕਿ ਕੋਈ ਇੰਜੈਕਸ਼ਨ ਦੇਣਾ ਵਾ ਅਗਰ ਤਾਂ ਨਾਰਮਲੀ ਮੋਸ਼ਨ ਆ ਫਿਰ ਅਸੀਂ ਇਹਦਾ ਇਸਤੇਮਾਲ ਕਰ ਸਕਦੇ ਹਾਂ ਅਗਰ ਸਖਤ ਮੋਸ਼ਨ ਆ ਤਾਂ ਉਹਦਾ ਤਾਂ ਮੈਂ ਇੰਜੈਕਸ਼ਨ ਫਿਰ ਬਾਅਦ 'ਚ ਦੱਸ ਦਾਂਗਾ ਵੀ ਉਹ ਇੰਜੈਕਸ਼ਨ ਆ ਜਿਹੜੇ ਦੋਸਤ ਮਿਕਸ ਕਰਕੇ ਲਗਾ ਸਕਦੇ ਕਿਸ ਦਿਨ ਸਿਰਫ ਬੱਚੇ 'ਤੇ ਹੋ ਜਾਏ ਜਿੰਨਾ ਇੱਕ ਟ੍ਰੇਨ ਪੂਰੀ ਮਤਲਬ ਕਲਾਸਿਕ ਬੱਚੇ 'ਤੇ ਸਿਰਫ ਹੋ ਜਾਏਗੀ ਉਹ ਬੱਚੇ 'ਤੇ ਵੀ ਹੋ ਜਾਏਗੀ ਪਦਾਇਸ਼ ਤੋਂ ਲੈ ਕੇ ਉਹਨੂੰ ਇੱਕ ਮਹੀਨੇ ਤੱਕ ਖੜਨੇ ਦਾ ਜੀ ਦੌਰਾਨ ਜੋ ਜੋ ਉਹ ਫਿਰ ਬਾਅਦ 'ਚ ਕਲਾਸ ਸਿਰਫ ਬੱਚੇ 'ਤੇ ਹੋ ਜਾਏਗੀ ਉਹ ਦੱਸ ਦਿਓ ਜੇ ਕਿਸੇ ਤਰ੍ਹਾਂ ਦਾ ਵੀ ਵੇਟ ਦਾ ਨਹੀਂ ਪਤਾ ਚੱਲਾ ਕਿ ਕਿਤਨੇ ਵੇਟ ਇਸਕੇ ਉੱਪਰ ਬਣਾ ਹੁੰਦਾ ਹੈ ਕਿ ਗੋਡ ਕੇ ਲਈ ਆਪ ਇਤਨਾ ਲਗਾ ਸਕਦੇ ਹੈ ਠੀਕ ਹੋ ਇਤਨੇ ਵੇਟ ਕੇ ਅੰਦਰ ਉਸੇ ਆਪਣੇ ਸਿਰਫ ਇੱਕ ਹੀ ਫਿੰਗਰ ਆਪਕਾ ਲਿਖਾ ਹੋਗਾ ਬਾਕੀ ਆਪਣੇ ਖੁਦ ਅੰਦਾਜ਼ਾ ਲਗਾਉਣਾ ਹੈ ਜੈਸੇ ਇਹਨਾਂ ਨੇ ਲਿਖ ਦਿਆ ਕਿ ਆਪਕੋ ਨਾ 40 ਕੇਜੀ ਕੇ ਉੱਪਰ ਆਪ ਲਗਾ ਸਕਤੇ ਹੈ 2 ਪੁਆਇੰਟ ਮਿਸਾਲ ਕੇ ਤੌਰ 'ਤੇ ਠੀਕ ਹੈ ਆਪਕੋ ਪਤਾ ਚੱਲ ਗਿਆ ਕਿ 20 ਕੇਜੀ ਕੇ ਉੱਪਰ ਹਮ ਹਾਫ ਪੁਆਇੰਟ ਲਗਾਏਗੇ ਜਾਂ 1 ਪੁਆਇੰਟ ਲਗਾਏਗੇ 60 ਕੇਜੀ ਕੋ ਹਮ ਇੱਥੇ ਡਬਲ ਕਰ ਦੇਵਾਂਗੇ ਠੀਕ ਹੈ ਇਸਕਾ 1 ਪੁਆਇੰਟ ਜ਼ਿਆਦਾ ਕਰ ਦੇਵਾਂਗੇ ਕੰਡੀਸ਼ਨ ਵੀ ਡਿਪੈਂਡ ਕਰਦੀ ਹੈ ਕੰਡੀਸ਼ਨ ਮੈਂ ਜੇ ਜੋ ਕੰਡੀਸ਼ਨ ਆਪਕੇ ਜਾਨਵਰ ਦੀ ਹੋਗੀ ਨਾ ਜਦ ਆਪਕੋ ਇਸ ਚੀਜ਼ ਦਾ ਪਤਾ ਚੱਲ ਗਿਆ ਉਹ ਜਾਨਵਰ ਕੀ ਕੰਡੀਸ਼ਨ ਕੋ ਆਪ ਫਿਰ 4 ਕਵਰ ਕਰੇਂਗੇ ठीक होगा बाद का ऐसा होता है कि आपका जानवर ठीक होता है आपको कोई दोस्त बुला के ले जाता है तो फिर उस जगह पे आपने ये डबल इस्तेमाल करना है उससे पूछ के यार ये कितने दिनों का बीमार है इसको क्या क्या ट्रीटमेंट किया है कम से कम 24 घंटे की उससे रूटीन पूछने के बाद आपने ये इंजेक्शन डबल डोज को देनी है अभी डोज अगर इंजेक्शन देने अगर नहीं कवर होती असि इनू ज्यादा से ज्यादा कितनी देर बाद दे सकते 12 घंटे तो बाद खतरनाक सूरत 48 घंटे जाके 24 घंटे कवर नहीं करेगा उससे पोजीशन ही रखेगा कंट्रोल कर लेगा डक लेगा
वो अगला इंजेक्शन फिर असर करना शुरू कर, अगला इंजेक्शन ऑटोमेटिकली असर करना शुरू हो जाएगा। ठीक हो गया। वैसे बेसिकली जो पहली डोज देंगे ना जानवर की बाडी के उत्ते फर्क आना शुरू हो जाएगा। जो बाल खड़ा कर रहा वा जिनी अगे वो सुस्ती है काहली जिन्ना देर अगर बैठ रहा वा वो काम खत्म कर देगा। सर जी हाई टैंपरेचर के भी मतलब कि हाई टैंपरेचर वो भी नाल ताकत वाला जरूरी है। जरूरी है ताकत वाला। अच्छा नाल ओदे हमारी काम जेड़ा उस जरूरी ताकत वाला काम होता है इम्यूनिटी बनाना ते जेड़ी शेवा दे अंदर कमी है ना विटामिन दी वो पूरी कर देना। ओ नाल बड़े जानवर नु 10 सीसी हो गए या 5 सीसी हो गए एदे नाल 5 सीसी बड़े जानवर बकरी नु 50 केजी तक 10 केजी दे 1 सीसी तुसी रख लो बड़े जानवर ठीक है। एनर्जी बूस्टर बड़ी जल्दी कवर कर दवा तजर्बा जी सब तो ज्यादा इस्तेमाल होने। हेलो पहले सवाल कर लो फिर अगला।